पंजाब पुलिस वालों चलाए ऑपरेशन अमृतपाल नु लेके आईजी हेडक्वार्टर सुखचैन सिंह गिल ने वड्डे खुलासे किए ने। उन्हें कहा कि वारिस पंजाब दे जथेबंदी दे खिलाफ हुण तक 6 मामले दर्ज किए जा चुके ने। इस दे नाल ही उन्होंने भरोसा दवाया कि पंजाब दे हालात स्थिर ने ते कानून व्यवस्था मजबूत है। 10 हथियारा सने 430 कारतूस हुण तक वारिस पंजाब दे कारकुना तो बरामद किए जा चुके ने। अमृतपाल की हाले तक गिरफ्तारी नहीं हुई है, पर उन्होंने दावा किया है कि अमृतपाल दे आईएसआई दे नाल लिंक ने। अमृतपाल दे वल्लों AKF यानी आनंदपुर खालसा फोर्स दे नाम ते फोर्स बनाई जा रही सी। अमृतपाल दी विहीर च विदेशी फंडिंग दा इस्तेमाल होया है, इसका भी आईजी सुखचैन सिंह ने खुलासा किया है। उन्होंने कहा कि इस पूरे मसले की जांच की जा रही है। ਇਹਦੇ ਵਿੱਚ ਜਿਹੜਾ ਮੁੱਖ ਸਰਗਨਾ ਸੀ ਅੰਮ੍ਰਿਤਪਾਲ ਸਿੰਘ ਉਹ ਅਜੇ ਫਰਾਰ, ਉਹਨੂੰ ਫੜਨ ਵਾਸਤੇ ਐਫਰਟ ਪੁਲਿਸ ਵੱਲੋਂ ਕੀਤੇ ਜਾ ਰਹੇ ਆ। ਬਹੁਤ ਸਾਰੀਆਂ ਕਈ ਰਿਊਮਰਸ ਫਲਾ ਰਹੇ ਆ, ਮੈਂ ਤਦੇ ਸਾਰਿਆਂ ਨੂੰ ਦੁਬਾਰਾ ਬੇਨਤੀ ਕਰੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਦੇਣ ਤੋਂ ਪਹਿਲਾਂ ਉਹਦੇ ਪ੍ਰੋਪਰ ਫੈਕਟਸ ਚੈੱਕ ਕਰ ਲਏ ਜਾਣ। ਸੋ ਪੰਜਾਬ ਪੁਲਿਸ ਬਹੁਤ ਸਪਸ਼ਟ ਹੈ ਕਿ ਅਜੇ ਅਰੈਸਟ ਨਹੀਂ ਹੋਇਆ, ਔਰ ਅਰੈਸਟ ਕਰਨ ਦੇ ਜਿਹੜੇ ਯਤਨ ਆ ਭਰਪੂਰ ਪੂਰੀ ਸਟੇਟ ਦੇ ਵਿੱਚ ਅਤੇ ਬਾਕੀ ਜਗ੍ਹਾ ਦੇ ਉੱਤੇ ਸਾਡੇ ਜਾਰੀ ਹੈ। ਇਹਦੇ ਵਿੱਚ ਹੁਣ ਤੱਕ 114 ਜਿਹੜੇ ਐਲੀਮੈਂਟਸ ਆ ਜਿਨ੍ਹਾਂ ਨੇ ਪੀਸ ਅਤੇ ਹਾਰਮਨੀ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਰਾਊਂਡ ਅਪ ਕੀਤਾ ਗਿਆ ਹੈ, ਉਹਨਾਂ ਨੂੰ ਅਰੈਸਟ ਕੀਤਾ ਗਿਆ, ਜਿਹਦੇ ਵਿੱਚ 78 ਬੰਦੇ Day 1 'ਤੇ ਕੀਤੇ ਗਏ ਸੀ, 34 Day 2 'ਤੇ, ਅਤੇ 2 ਜਿਹੜੇ ਨੇ ਉਹ ਕੱਲ੍ਹ ਰਾਤ ਹੋਰ ਜਿਹੜੇ ਗ੍ਰਿਫਤਾਰ ਕੀਤੇ ਗਏ। ਹੁਣ ਤੱਕ 10 ਵੈਪਨ ਜਿਹੜੇ ਨੇ ਰਿਕਵਰ ਕੀਤੇ ਜਾ ਚੁੱਕੇ ਆ, ਜਿਹਦੇ ਵਿੱਚ 9 ਰਾਈਫਲਸ ਨੇ, 7 12 ਬੋਰ ਦੀਆਂ ਰਾਈਫਲਸ ਨੇ, 2 315 ਬੋਰ ਦੀਆਂ ਰਾਈਫਲਸ ਨੇ, 1 ਰਿਵੋਲਵਰ ਆ 32 ਬੋਰ ਦਾ, ਔਰ 430 ਜਿਹੜੇ ਨੇ ਕਾਰਟ੍ਰਿਜਿਸ ਹੁਣ ਤੱਕ ਰਿਕਵਰ ਕੀਤੇ ਗਏ ਆ। ਇਹ ਜਿਹੜੇ ਜਿੰਨੇ ਵੀ ਐਲੀਮੈਂਟਸ ਆਪਾਂ ਅਰੈਸਟ ਕੀਤੇ ਆ ਇਹਨਾਂ ਦੀ ਹੋਰ ਡੂੰਘਾਈ ਦੇ ਨਾਲ ਤਫਤੀਸ਼ ਚੱਲ ਰਹੀ ਆ। ISI ਦਾ ਜਿਹੜਾ ਐਂਗਲ ਆ ਸਾਨੂੰ ਬਹੁਤ ਸਟਰੋਂਗ ਸਸਪਿਸ਼ਨ ਆ, ਹੁਣ ਤੱਕ ਜਿਹੜੇ ਤੱਥ ਸਾਹਮਣੇ ਆਏ ਆ, ਜਿਹੜੇ ਸਰਕਮਸਟਾਂਸਿਸ ਸਾਹਮਣੇ ਆਏ ਆ, ਔਰ ਫੋਰਨ ਫੰਡਿੰਗ ਦਾ ਵੀ ਬੜਾ ਸਟਰੋਂਗ ਸਸਪਿਸ਼ਨ ਆ ਇਹਦੇ ਵਿੱਚ, ਔਰ ਇਹਨਾਂ ਦੀਆਂ ਐਕਟੀਵਿਟੀਜ਼, ਇਹਨਾਂ ਦੇ ਜਿਹੜੇ ਸਾਰੇ ਹਾਲਾਤ ਆ ਉੱਥੋਂ ਇਹ ਸਾਰਾ ਲੱਗ ਰਿਹਾ ਹੈ ਕਿ ਵੀ ISI ਵੀ ਇਨਵੋਲਵਡ ਆ, ਪਲੱਸ ਇਹਨਾਂ ਦੀ ਫੰਡਿੰਗ ਜਿਹੜੀ ਆ ਫੋਰਨ ਤੋਂ ਵੀ ਹੋ ਰਹੀ ਸੀਗੀ। ਇੱਕ ਇਹਨਾਂ ਦੇ ਵਿੱਚ ਹੋਰ ਜਿਹੜਾ ਤੱਥ ਸਾਹਮਣੇ ਆਇਆ ਹੈ ਕਿ ਇੱਕ AKF ਜਿਹੜਾ ਹੈ ਉਹ ਜਿਹੜੀਆਂ ਬੁਲੇਟ ਪਰੂਫ ਜੈਕਟਸ ਕਵਰ ਕੀਤੀਆਂ, ਜਿਹੜੀਆਂ ਰਾਈਫਲਸ ਕਵਰ ਕੀਤੀਆਂ ਹੈ, ਔਰ ਜਿਹੜਾ ਇਹਨਾਂ ਦੇ ਮੁੱਖ ਸਰਗਨਾ ਜਿਹੜਾ ਜਿਹੜੇ ਉਹਦੇ ਗੇਟ ਦੇ ਉੱਤੇ ਵੀ AKF ਲਿਖਿਆ ਸੀਗਾ, ਉਹ ਆਨੰਦਪੁਰ ਖਾਲਸਾ ਫੌਜ ਜਿਹੜਾ ਹੈ ਉਹ ਇੱਕ ਜਥੇਬੰਦੀ ਜਿਹੜੀ ਸੀਗੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਹਦੇ ਵਿੱਚ ਜਿਹੜੇ ਕਲੋਜ਼ ਆਰਮਡ ਐਸੋਸੀਏਟ ਸੀਗੇ ਉਹਨਾਂ ਦੇ ਕੋਲ ਜਿਹੜੇ ਇਕਵਿਪਮੈਂਟ ਸੀਗੇ ਉਹਨਾਂ ਦੇ ਉੱਤੇ ਇਹ ਜਿਹੜਾ AKF ਵਰਡ ਲਿਖਿਆ ਹੋਇਆ ਸੀਗਾ। ਇਹ ਬੰਦੇ ਅਸੀਂ ਅਰੈਸਟ ਕੀਤੇ ਆ, 5 ਉਹਨਾਂ 'ਤੇ ਲਗਾਇਆ ਹੈ। ਜਿਹੜੇ ਅਰੈਸਟ ਹੋਣੇ ਆ ਉਹਨਾਂ 'ਚੋਂ ਤੱਥਾਂ ਦੇ ਆਧਾਰਿਤ ਲਗਾਇਆ ਜਾਏਗਾ। ਜਿਹੜਾ ਤੁਹਾਡਾ ਸਪੈਸੀਫਿਕ ਕੁਐਸਚਨ ਆ ਕਿ ਉਹ ਹੈਗਾ ਕਿ ਲਗਾਇਆ ਜਾ ਸਕਦਾ।